ਵਾਸੀਆਂ ਨੇ ਇਹਨਾਂ ਨੂੰ ਇੱਕ ਪੰਜਾਬ ਦੇ ਪੁੱਤਰ ਹੋਣ ਦਾ ਖਿਤਾਬ ਦਿੱਤਾ ਸੀਗਾ। ਚਾਹੀਦਾ ਸੀਗਾ ਵੀ ਆਣ ਕੇ ਗੁਰਦਾਸਪੁਰ ਪੰਜਾਬ ਦੇ ਮੁੱਦੇ 'ਚ ਉੱਥੇ ਰੱਖੇ ਜਾਂਦੇ, ਉੱਥੇ ਚੁੱਕੇ ਜਾਂਦੇ। ਉਹ ਲੋਕ ਸਭਾ ਸੈਸ਼ਨਾਂ ਨੂੰ ਛੱਡ ਕੇ ਜਾਨੀ ਗੁਰਦਾਸਪੁਰ ਪੰਜਾਬ ਦੇ ਮੁੱਦਿਆਂ ਨੂੰ ਅਣਗੋਲਿਆ ਕਰਕੇ ਆਪ ਦੇ ਆਉਣ ਵਾਲੀ ਫਿਲਮ ਗਦਰ 2 ਦੀ ਸ਼ੂਟਿੰਗ ਦੇ ਵਿੱਚ ਰੁੱਝੇ ਰਹੇ। ਨਿੱਜੀ ਫਿਲਮਾਂ ਨੂੰ ਤਰਜੀਹ ਦੇ ਰਹੇ ਨੇ ਗੁਰਦਾਸਪੁਰ ਦੇ ਮੁੱਦੇ ਅਣਗੋਲੇ ਕਰਕੇ। ਇਹਨਾਂ ਦੇ ਫਾਦਰ ਜਿਹੜੇ ਨੇ ਧਰਮਿੰਦਰ ਜੀ, ਉਹਨਾਂ ਦਾ ਵੀ ਇਹੋ ਹਾਲ ਸੀਗਾ। ਆਪਾਂ ਕਿੰਨੀਆਂ ਆਸਾਂ ਉਹਨਾਂ ਨੂੰ ਵੋਟਾਂ ਪਾਈਆਂ, ਪਰ ਕੀ ਇੱਕ ਪੰਜਾਬੀ ਹੋਣ ਦੇ ਨਾਤੇ ਚਲੋ ਕਹਿ ਲਓ ਕਿ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈਗਾ ਕਿ ਆਪਾਂ ਵੀ ਇਸ ਪਾਸੇ ਉਹਨਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਏ। ਦੇਖੋ ਅੱਜ ਅਸੀਂ ਸਾਰੇ ਗੁਰਦਾਸਪੁਰ ਵਾਸੀ ਨੌਜਵਾਨ ਮਿਲ ਕੇ ਸਨੀ ਦਿਓਲ ਦੀ ਆਉਣ ਵਾਲੀ ਫਿਲਮ ਗਦਰ 2 ਦਾ ਬਾਈਕਾਟ ਚੱਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਵੀ ਇਹਦੇ ਕਾਰਨ ਕੀ ਨੇ। ਕਾਰਨ ਇਹਦੇ ਇਹ ਸੀਗੇ ਵੀ ਸਨੀ ਦਿਓਲ ਮੌਜੂਦਾ ਇਸ ਵੇਲੇ ਲੋਕ ਸਭਾ ਮੈਂਬਰ ਗੁਰਦਾਸਪੁਰ ਦੇ ਹਨ, ਔਰ ਪੰਜਾਬ ਵਾਸੀਆਂ ਨੇ ਇਹਨਾਂ ਨੂੰ ਇੱਕ ਪੰਜਾਬ ਦੇ ਪੁੱਤਰ ਹੋਣ ਦਾ ਖਿਤਾਬ ਦਿੱਤਾ ਸੀਗਾ। ਮੈਂ ਫਿਰ ਵਾਪਸ ਗੱਲ 'ਤੇ ਆਉਣਾ ਕਿ ਗਦਰ 2 ਦਾ ਬਾਈਕਆਊਟ ਦਾ ਕਾਰਨ ਇਹ ਸੀਗਾ ਕਿ ਜਿਸ ਵੇਲੇ ਲੋਕ ਸਭਾ ਦੇ ਸੈਸ਼ਨ ਚੱਲ ਰਹੇ ਸੀਗੇ, ਇੱਕ ਤਾਂ ਪਹਿਲੇ ਸਾਲ ਦੇ ਵਿੱਚ 2 ਜਾਂ 3 ਵਾਰ ਮੇਰੇ ਖਿਆਲ 'ਚ 2 ਜਾਂ 3 ਵਾਰ ਸੈਸ਼ਨ ਚੱਲਦੇ ਨੇ ਇੱਕ ਸਾਲ ਦੇ ਵਿੱਚ, ਜੋ ਕਿ ਬਹੁਤ ਘੱਟ ਚੱਲਦੇ ਨੇ ਸੈਸ਼ਨ। ਔਰ ਉਹਨਾਂ ਸੈਸ਼ਨਾਂ ਦੇ ਵਿੱਚ ਵੀ ਚਾਹੀਦਾ ਸੀਗਾ ਵੀ ਆਣ ਕੇ ਗੁਰਦਾਸਪੁਰ ਪੰਜਾਬ ਦੇ ਮੁੱਦੇ 'ਚ ਉੱਥੇ ਰੱਖੇ ਜਾਂਦੇ, ਉੱਥੇ ਚੁੱਕੇ ਜਾਂਦੇ। ਪਰ ਬਦਕਿਸਮਤੀ ਦੇ ਨਾਲ ਸਨੀ ਦਿਓਲ ਨੇ ਉਹ ਲੋਕ ਸਭਾ ਸੈਸ਼ਨਾਂ ਨੂੰ ਛੱਡ ਕੇ ਜਾਨੀ ਗੁਰਦਾਸਪੁਰ ਪੰਜਾਬ ਦੇ ਮੁੱਦਿਆਂ ਨੂੰ ਅਣਗੋਲਿਆ ਕਰਕੇ ਆਪ ਦੇ ਆਉਣ ਵਾਲੀ ਫਿਲਮ ਗਦਰ 2 ਦੀ ਸ਼ੂਟਿੰਗ ਦੇ ਵਿੱਚ ਰੁੱਝੇ ਰਹੇ। ਆ ਹੁਣ ਵੀ ਤਾਜ਼ਾ ਮੈਂ ਉਹਨਾਂ ਦੀ ਤਸਵੀਰ ਦੇਖ ਕੇ ਮੈਨੂੰ ਬੜੀ ਇਸ ਗੱਲ ਦਾ ਦੁੱਖ ਹੋਇਆ। ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਜਾ ਕੇ ਉੱਥੇ ਆਪਦੀ ਫਿਲਮ ਦਾ ਪ੍ਰਮੋਸ਼ਨ ਕਰ ਰਹੇ, ਯਾਨੀ ਉਹ ਡੇਟਾਂ ਦੇ ਵਿੱਚ ਅੱਜ ਵੀ ਉਹ ਡੇਟਾਂ ਤੋਂ ਯਾਨੀ ਪਿਛਲੇ 15 ਦਿਨ ਤੋਂ ਅਗਲੇ 5 ਦਿਨ ਹੋਰ ਲੋਕ ਸਭਾ ਸੈਸ਼ਨ ਚੱਲ ਰਹੇ ਨੇ ਦਿੱਲੀ ਦੇ ਵਿੱਚ। ਔਰ ਉੱਥੇ ਲੋੜ ਆ ਜਾ ਕੇ ਗੁਰਦਾਸਪੁਰ ਦੇ ਮੁੱਦੇ ਰੱਖਣ ਦੇ, ਪੰਜਾਬ ਦੇ ਮੁੱਦੇ ਰੱਖਣ ਦੇ। ਪਰ ਬਦਕਿਸਮਤੀ ਦੇ ਨਾਲ ਸਨੀ ਦਿਓਲ ਆਪਦੀ ਫਿਲਮ ਦੇ ਵਿੱਚ ਯਾਨੀ ਆਪਣੇ ਨਿੱਜੀ ਕਾਰੋਬਾਰ ਨੂੰ, ਨਿੱਜੀ ਫਿਲਮਾਂ ਨੂੰ ਤਰਜੀਹ ਦੇ ਰਹੇ ਨੇ ਗੁਰਦਾਸਪੁਰ ਦੇ ਮੁੱਦੇ ਅਣਗੋਲੇ ਕਰਕੇ। ਔਰ ਮੈਂ ਇਸ ਦੇ ਨਾਲ ਹੀ ਪੂਰੇ ਗੁਰਦਾਸਪੁਰ ਦੇ ਨਾਲ ਨਾਲ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰੂੰਗਾ ਵੀ ਆਓ ਆਪਦੀ ਜ਼ਿੰਮੇਵਾਰੀ ਸਮਝਦੇ ਹੋਇਆਂ ਇਸ ਫਿਲਮ ਦਾ ਡੱਟ ਕੇ ਸਾਰੇ ਬਾਈਕਾਟ ਕਰੀਏ, ਔਰ ਇਹਨਾਂ ਲੋਕਾਂ ਨੂੰ ਇੱਕ ਮੈਸੇਜ ਦਈਏ ਕਿ ਅਸੀਂ ਗੁਰਦਾਸਪੁਰੀਆਂ ਦੀ, ਪੰਜਾਬੀਆਂ ਦੀ ਜ਼ਮੀਰ ਹਲੇ ਵੀ ਜਾਗਦੀ ਹੈ। ਬਾਈਕਾਟ ਕਰਨ ਦੇ ਨਾਲ ਕੀ ਲੱਗਦਾ ਕਿ ਇਸ ਚੀਜ਼ ਦਾ ਕੋਈ ਹੱਲ ਹੈਗਾ? ਦੇਖੋ ਜੀ, ਬਿਲਕੁਲ ਇਹਦਾ ਬਹੁਤ ਜ਼ਿਆਦਾ ਸਾਨੂੰ ਲੱਗਦਾ ਵੀ ਇਹਦਾ ਅਸਰ ਦੇਖਣ ਨੂੰ ਮਿਲੇਗਾ, ਕਿਉਂਕਿ ਅਕਸਰ ਹੁੰਦਾ ਕੀ ਆ ਕਿ ਜਿਹੜੇ ਫਿਲਮੀ ਕਿਰਦਾਰ ਜਾਂ ਸੈਲੀਬ੍ਰਿਟੀ ਕਿਰਦਾਰ ਵਾਲੇ, ਉਹਨਾਂ ਨੇ ਇੱਕ ਟ੍ਰੈਂਡ ਬਣਾ ਲਿਆ ਇਸ ਗੱਲ ਦਾ ਟ੍ਰੈਂਡ ਬਣਾ ਲਿਆ ਕਿ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਪਹਿਲਾਂ ਉਹਨਾਂ ਨੂੰ ਕੋਲੋਂ ਵਾਅਦੇ ਕਰਕੇ ਵੱਡੇ ਵੱਡੇ ਵੋਟਾਂ ਬਟੋਰ ਲੈਂਦੇ ਹੋ, ਬਾਅਦ ਦੇ ਵਿੱਚ ਇਹ 5 ਸਾਲ ਦਿਖਾਈ ਨਹੀਂ ਦਿੰਦੇ। ਇਹ ਮੈਂ ਸਨੀ ਦਿਓਲ ਦੀ ਗੱਲ ਕਰਕੇ ਹਟਿਆ, ਇਹਨਾਂ ਦੇ ਫਾਦਰ ਜਿਹੜੇ ਨੇ ਧਰਮਿੰਦਰ ਜੀ, ਉਹਨਾਂ ਦਾ ਵੀ ਇਹੋ ਹਾਲ ਸੀਗਾ। ਬੀਕਾਨੇਰ ਤੋਂ ਉਹ ਮੈਂਬਰ ਆਫ ਪਾਰਲੀਮੈਂਟ ਰਹੇ ਨੇ, ਉੱਥੇ ਵੀ ਨਹੀਂ ਉਹ ਗਏ ਸੀਗੇ। ਔਰ ਗਾਂ ਦੇਖ ਲਓ ਸਨੀ ਦਿਓਲ ਦੀ, ਪਤਾ ਨਹੀਂ ਕੀ ਮਜਬੂਰੀ ਸੀਗੀ। ਮੈਂ ਤਾਂ ਭਾਜਪਾ ਨੂੰ ਵੀ ਇਸ ਗੱਲ ਦੇ ਵਿੱਚ ਲੈਣਾ ਕਿ ਇਹ ਭਾਜਪਾ ਦਾ ਸਭ ਤੋਂ ਵੱਧ ਕਸੂਰ ਆ, ਇਹਦਾ ਬਰਾਬਰ ਜ਼ਿੰਮੇਵਾਰ ਵੀ ਭਾਜਪਾ ਆ ਜਿਹੜੇ ਪੰਜਾਬ ਦੇ ਵਿੱਚ ਵੱਡੇ ਵੱਡੇ ਕੰਮ ਹੋਣ ਦੇ ਜਾਂ ਵੱਡੇ ਵੱਡੇ ਗੱਲਾਂ ਕਰਦੇ ਨੇ ਆਣ ਕੇ। ਇਹਨਾਂ ਦੇ ਪ੍ਰਧਾਨ ਜਾਖੜ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੋ ਬਤੌਰ ਪੰਜਾਬ ਭਾਜਪਾ ਦੇ ਪ੍ਰਧਾਨ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਤੁਸੀਂ ਗੁਰਦਾਸਪੁਰ ਦੇ 4.5 ਸਾਲਾਂ ਦਾ ਰਿਪੋਰਟ ਕਾਰਡ ਜਨਤਾ ਦੇ ਅੱਗੇ ਪੇਸ਼ ਕਰੋ, ਉਹ ਦੱਸੋ ਵੀ ਤੁਹਾਡੀ ਪਾਰਟੀ ਲੋਕਾਂ ਦੇ ਲਈ ਕੀ ਕਰ ਰਹੀ ਹੈ। ਹੋਰਨਾਂ ਜਗ੍ਹਾ 'ਤੇ ਵੀ ਕੀਤਾ ਜਾਵੇਗਾ ਬਾਈਕਾਟ? ਬਿਲਕੁਲ ਜੀ, ਅੱਜ ਗੁਰਦਾਸਪੁਰ ਦੇ ਵਿੱਚ ਅਸੀਂ ਕਰ ਰਹੇ ਹਾਂ, ਔਰ ਬਾਕੀ ਗੁਰਦਾਸਪੁਰ ਦੇ ਹਲਕਿਆਂ ਦੇ ਵਿੱਚ ਵੱਖ ਵੱਖ ਪਠਾਨਕੋਟ, ਬਟਾਲੇ, ਉੱਥੇ ਵੀ ਜਾ ਕੇ ਅਸੀਂ ਵਿਰੋਧ ਕਰਾਂਗੇ। ਔਰ ਇਸ ਤੋਂ ਇਲਾਵਾ ਸਾਡਾ ਇੱਕ ਹੋਰ ਪ੍ਰੋਗਰਾਮ ਆ ਕਿ ਅਸੀਂ ਬਾਈਕਾਟ, ਜਦੋਂ ਫਿਲਮ ਰਿਲੀਜ਼ ਹੋ ਰਹੀ ਹੈ ਟ੍ਰੇਲਰ, ਜਿਸ ਦਿਨ ਇਹਦਾ 11 ਤਰੀਕ ਨੂੰ ਫਿਲਮ ਆ ਰਹੀ ਆ, ਅਸੀਂ ਉੱਥੇ ਵੀ ਥੀਏਟਰਾਂ ਦੇ ਅੱਗੇ ਜਾ ਕੇ ਲੋਕਾਂ ਨੂੰ ਮੈਸੇਜ ਦਿਆਂਗੇ, ਉੱਥੇ ਵੀ ਬਾਈਕਾਟ ਲਈ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ। ਕੀ ਨਾਮ ਹੈ ਜੀ? ਇਸ ਬਾਈਕਆਊਟ ਦਾ ਆਪਾਂ ਸਿੱਧਾ ਸੰਦੇਸ਼ ਮੈਸੇਜ ਦੇਣਾ ਚਾਹੁੰਦੇ ਸਨੀ ਦਿਓਲ ਨੂੰ ਕਿ ਜਦੋਂ ਸਾਨੂੰ ਗੁਰਦਾਸਪੁਰ ਨੂੰ ਲੋੜ ਆ ਉਹਨਾਂ ਦੀ ਇਸ ਟਾਈਮ, ਪਰ ਉਹ ਆਪਣਾ ਟਾਈਮ ਸਾਰਾ ਟਾਈਮ ਫਿਲਮ ਦੀ ਪ੍ਰਮੋਸ਼ਨ ਨੂੰ ਦੇ ਰਿਹਾ ਕਿ ਉਹਨਾਂ ਨੂੰ ਸਾਡਾ ਲੋਕਾਂ ਦਾ ਦੁੱਖ ਨਹੀਂ ਹੈਗਾ, ਕਿ ਉਹ ਲੋਕਾਂ ਦੀ ਮਜਬੂਰੀ ਨਹੀਂ ਸਮਝਦੇ। ਲੋਕ ਇਸ ਟਾਈਮ ਕਿਸ ਹਾਲਾਤ ਨਿਕਲਦੇ ਪਏ ਆ, ਇੱਥੇ ਬੇਰੁਜ਼ਗਾਰੀ ਦੀ ਮਾਰ ਆ, ਇੱਥੇ ਨਸ਼ੇ ਦੀ ਮਾਰ ਆ, ਇੱਥੇ ਹੜ੍ਹਾਂ ਦੀ ਮਾਰ ਆ, ਇੱਥੇ ਕਈ ਤਰੀਕਿਆਂ ਦੀ ਮਾਰ ਆ। ਪਰ ਆਪਾਂ ਕਿੰਨੀਆਂ ਆਸਾਂ ਉਹਨਾਂ ਨੇ ਵੋਟਾਂ ਪਾਈਆਂ, ਪਰ ਕੀ ਇੱਕ ਪੰਜਾਬੀ ਹੋਣ ਦੇ ਨਾਤੇ ਚਲੋ ਕਹਿ ਲਓ ਕਿ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈਗਾ ਕਿ ਆਪਾਂ ਵੀ ਇਸ ਪਾਸੇ ਉਹਨਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਏ। ਇਸ ਕਰਕੇ ਆਪਾਂ ਤਾਂ ਅੱਜ ਸਾਰੇ ਵੀਰ ਇਕੱਠੇ ਹੋਏ ਉਹਨਾਂ ਦਾ ਫਿਲਮ ਦਾ ਬਾਈਕਾਟ ਕਰਨ। ਲੋਕ ਸਭਾ 'ਚ ਜਦੋਂ ਚੋਣਾਂ ਆਉਣੀਆਂ ਸਨ ਦੇ ਵਿੱਚ, ਤਾਂ ਕੀ ਸੋਚ ਕੇ ਵੋਟਾਂ ਪਾਈਆਂ ਸੀ?
ਸਰ ਉਦੋਂ ਤਾਂ ਆਪਾਂ ਸਿੱਧੀ ਗੱਲ ਸਾਰਾ ਹੈਗਾ ਵਾ ਪੰਜਾਬੀ ਭਰਾ, ਪਰ ਪੰਜਾਬੀ ਨੇ ਗੱਲਾਂ ਚੱਲ ਜਾਣੀਆਂ ਨਾ। ਉਹ ਤਾਂ ਉਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਆਪਾਂ ਇਹ ਫਲਾਣ ਕਰਾਂਗੇ ਢੀਂ ਕਰਾਂਗੇ, ਪਰ ਹੋਇਆ ਕੱਖ ਨਹੀਂ। ਇਸ ਕਰਕੇ ਆਪਾਂ ਉਹਨਾਂ ਦੇ ਝਾਂਸੇ 'ਚ ਆ ਗਏ ਕਿ ਚਲੋ ਉਹਨਾਂ ਨੇ ਸਾਡਾ ਵਿਸ਼ਵਾਸ ਉਸ ਟਾਈਮ ਜਿੱਤਿਆ ਸੀ ਕਿ ਬਾਅਦ ਉਹਨਾਂ ਸਾਡਾ ਵਿਸ਼ਵਾਸ ਤੋੜਿਆ ਇਸ ਪਾਸੋਂ, ਤਾਂ ਕਰਕੇ ਆਪਾਂ ਉਹਨਾਂ ਨੂੰ ਵੋਟਾਂ ਪਾਈਆਂ ਸੀ। ਲੋਕਾਂ ਨੂੰ ਸਰ ਇਹੀ ਅਪੀਲ ਹੈ ਕਿ ਕਿਸੇ ਦਾ ਫਿਲਮ ਕਰੈਕਟਰ ਵੇਖ ਕੇ ਉਹਨੂੰ ਵੋਟ ਕਦੀ ਨਾ ਪਾਓ, ਉਸਦਾ ਪੋਲੀਟੀਕਲ ਬੈਕਗਰਾਉਂਡ ਚੈੱਕ ਕਰੋ ਆਖਿਰ ਵਿੱਚ ਉਹਨੇ ਕਿਹੜੇ ਕੰਮ ਬੰਦੇ ਨੇ ਕਰਾਏ ਆ, ਕਿਹੜੇ ਨੇ ਕੰਮ ਨਹੀਂ ਕਰਾਏ, ਫਿਰ ਉਹਨੂੰ ਵੋਟ ਪਾਓ। ਇੱਦਾਂ ਲੋਕਾਂ ਦੇ ਝਾਂਸੇ 'ਚ ਆ ਕੇ ਦੀ ਵੋਟ ਨਾ ਪਾਓ।